ਪਿਟਬੁੱਲ ਨੇ ਮਹਿਲਾ ਦੇ 15 ਥਾਵਾਂ ਤੇ ਮਾਰੇ ਦੰਦ। 15 ਮਿੰਟ ਤੱਕ ਤੜਫਦੀ ਰਹੀ ਮਹਿਲਾ, ਪਿਟਬੁੱਲ ਨੇ ਨਹੀਂ ਖੋਲਿਆ ਜਬਾੜਾ। ਹਾਲੇ ਸਿਰਫ 16 ਮਹੀਨਾ ਦਾ ਹੈ ਇਹ ਖੁੰਖਾਰ ਪਿਟਬੁੱਲ। ਤਾਂ ਇੱਕ ਮਹਿਲਾ ਜਿਹੜੀ ਤਸਵੀਰਾਂ ਦੇ ਵਿੱਚ ਤੁਹਾਨੂੰ ਤੜਫਦੀ ਹੋਈ ਦਿਖ ਰਹੀ ਹੋਵੇਗੀ, ਇਹ ਹਸਪਤਾਲ ਦੇ ਵਿੱਚ ਦਾਖਲ ਹੈ ਕਿਉਂਕਿ ਇਸ ਮਹਿਲਾ ਨੂੰ ਇੱਕ ਪਿਟਬੁੱਲ ਨੇ ਵੱਢ ਲਿਆ। ਬੁਰੀ ਤਰੀਕੇ ਦੇ ਨਾਲ ਹੱਥ ਅਤੇ ਲੱਤ 'ਤੇ ਦੰਦ ਮਾਰ ਦਿੱਤੇ, ਜਿਸ ਕਾਰਨ ਇਹ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਈ। ਦੱਸ ਦਈਏ ਕਿ 15 ਮਿੰਟ ਤੱਕ ਕੁੱਤੇ ਨੇ ਜਬਾੜਾ ਨਹੀਂ ਖੋਲ੍ਹਿਆ ਅਤੇ ਮਾਮਲਾ ਲੁਧਿਆਣਾ ਤੋਂ ਦੱਸਿਆ ਜਾ ਰਿਹਾ ਹੈ, ਜਿੱਥੇ 16 ਮਹੀਨੇ ਦੇ ਇੱਕ ਪਿਟਬੁੱਲ ਨੇ ਇੱਕ ਮਹਿਲਾ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਮਹਿਲਾ ਕਾਫੀ ਦੇਰ ਤੱਕ ਤੜਫਦੀ ਰਹੀ। ਲੋਕਾਂ ਦੇ ਵੱਲੋਂ ਡੰਡਿਆਂ ਦੇ ਨਾਲ, ਰੋੜਿਆਂ ਦੇ ਨਾਲ ਅਤੇ ਹੋਰ ਕਈ ਤਰੀਕੇ ਦੇ ਨਾਲ ਕੁੱਤੇ ਦਾ ਜਬਾੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਕੁੱਤੇ ਦਾ ਜਬਾੜਾ ਨਹੀਂ ਖੁਲਵਾ ਸਕੇ। ਜਿਸ ਤੋਂ ਬਾਅਦ ਕੁੱਤੇ ਦਾ ਮਾਲਕ ਆਇਆ ਅਤੇ 15 ਮਿੰਟਾਂ ਦੇ ਬਾਅਦ ਕੁੱਤੇ ਨੇ ਮਹਿਲਾ ਨੂੰ ਛੱਡਿਆ। ਉਨੇ ਚਿਰ ਤੱਕ ਕੁੱਤੇ ਨੇ ਮਹਿਲਾ ਦੇ 15 ਥਾਵਾਂ 'ਤੇ ਦੰਦ ਮਾਰ ਦਿੱਤੇ ਸੀ, ਜਿਸ ਕਰਕੇ ਮਹਿਲਾ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਈ ਹੈ। ਆਓ ਇਸ ਪੀੜਿਤ ਮਹਿਲਾ ਤੋਂ ਜਾਣਦੇ ਹਾਂ ਕਿ ਆਖਿਰਕਾਰ ਕੁੱਤਾ ਕਿਸ ਦਾ ਸੀ ਅਤੇ ਉਸਨੇ ਹਮਲਾ ਉਹਨਾਂ 'ਤੇ ਕਿਉਂ ਕੀਤਾ। ਮੇਰਾ ਨਾਮ ਰੀਤੂ, ਬਸ ਗਲੀ ਵਿੱਚੋਂ ਆਪਣੇ ਘਰ ਨੂੰ ਜਾ ਰਹੀ ਸੀਗੀ, ਅਚਾਨਕ ਦਰਵਾਜ਼ਾ ਖੁੱਲ੍ਹਿਆ ਤਾਂ ਕੁੱਤੇ ਨੂੰ ਭੱਜ ਕੇ ਆ ਕੇ ਦਰਵਾਜ਼ੇ ਦੇ ਵਿੱਚੋਂ ਪਹਿਲਾਂ ਮੇਰੀ ਲੱਤ ਨੂੰ ਫੜਿਆ, ਲੱਤ 'ਤੇ ਉਹਦਾ ਗ੍ਰਿਪ ਨਹੀਂ ਬਣਿਆ ਤਾਂ ਉਹਨੇ ਮੇਰੀ ਬਾਂਹ ਨੂੰ ਫੜ ਲਿਆ। ਕਿੰਨੀ ਦੇਰ ਤੱਕ ਇਹਨੇ ਤੁਹਾਨੂੰ ਬਾਈਟ ਕਰੀ ਰੱਖਿਆ? ਘੱਟੋ ਘੱਟ 10-15 ਮਿੰਟ ਬਾਈਟ ਕਰਕੇ ਰੱਖਿਆ, ਉਹ ਛੱਡ ਨਹੀਂ ਸੀ ਰਿਹਾ ਹੈਗਾ। ਕਾਫੀ ਲੋਕਾਂ ਨੇ ਆ ਕੇ ਫਿਰ ਉਹਨੂੰ ਕੁੱਤੇ ਨੂੰ ਇੱਕ ਨੇ ਮਾਰਨਾ ਵੀ ਸ਼ੁਰੂ ਕਰ ਦਿੱਤਾ ਅਤੇ ਇਹਨਾਂ ਨੇ ਖੁਦ ਵੀ ਜਿਹੜੇ ਘਰ ਜਿੰਨਾ ਦਾ ਕੁੱਤਾ ਸੀ ਉਹਨਾਂ ਨੇ ਆ ਕੇ ਕੁੱਤੇ ਨੂੰ ਮੂੰਹ ਉਹਦਾ ਖੋਲ ਰਹੇ ਸੀ, ਪਰ ਕੁੱਤਾ ਛੱਡ ਹੀ ਨਹੀਂ ਸੀ ਰਿਹਾ ਹੈਗਾ। ਕੁੱਤਾ ਪਿਟਬੁੱਲ ਸੀ। ਕਿੰਨੀ ਦੇਰ ਪਹਿਲੇ ਦੀ ਗੱਲ ਹੈ? ਇਹ ਹੋਵੇ 12:30 ਵਜੇ, 1 ਵਜੇ ਦੀ ਗੱਲ ਹੈ ਜੀ। ਤੇ ਤੁਸੀਂ ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀ? ਸੀਐਮਸੀ ਬੈਂਕ ਤੋਂ ਜਾ ਰਹੀ ਸੀ। ਸੀ ਬੈਂਕ ਤੋਂ ਘਰ ਨੂੰ ਜਾ ਰਹੀ ਸੀ ਮੈਂ। ਤੁਸੀਂ ਇਕੱਲੇ ਸੀਗੇ? ਹਾਂਜੀ, ਮੈਂ ਇਕੱਲੀ ਸੀ। ਕਹਿੰਦੇ ਬੜੇ ਸਾਰੇ ਲੋਕਾਂ ਨੇ ਛੜਾਇਆ, ਕਿੰਨੇ ਕੁ ਲੋਕ ਇਕੱਠੇ ਹੋ ਗਏ? ਘੱਟੋ ਘੱਟ 10-15 ਜਣੇ ਇਕੱਠੇ ਹੋ ਗਏ। ਤੁਸੀਂ ਪੈਦਲ ਸੀਗੇ ਜਾਂ ਜ਼ਿਆਦਾ ਹੀ ਹੋਣੀ? ਮੈਂ ਪੈਦਲ ਸੀ। ਪਹਿਲਾਂ ਵੀ ਕਦੀ ਕੁੱਤੇ ਨੇ ਕਿਸੇ ਨੂੰ ਵੱਢੇ? ਇਹ ਪਹਿਲਾਂ ਪਰ ਕੁੱਤੇ ਗਲੀਆਂ 'ਚ ਵੈਸੇ ਬਹੁਤ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੇ ਨੇਗੇ, ਅਵਾਰਾ ਕੁੱਤੇ ਬਹੁਤ ਫਿਰਦੇ ਉੱਧਰ ਦਾ। ਜਿਹੜਾ ਓਨਰ ਆ ਉਹ ਕੀ ਕਹਿੰਦੇ? ਓਨਰ ਸਾਡੇ ਤੋਂ ਮਾਫ਼ੀ ਮੰਗ ਰਿਹਾ, ਕਹਿ ਰਿਹਾ ਵੀ ਮਾਫ਼ ਕਰ ਦਿਓ ਵੀ ਗਲਤੀ ਹੋ ਗਈ ਸਾਡੇ ਤੋਂ। ਵੈਸੇ ਬੱਚੇ ਮੇਰੇ ਸਕੂਲ ਉਹੀ ਰਾਹ ਆ ਸਾਡੇ ਘਰ ਦਾ, ਉਹੀ ਰਾਹ ਮੇਨ ਦਾ। ਘੱਟੋ ਘੱਟ ਬਾਈ ਜ਼ਿਆਦਾ ਨਹੀਂ ਦਿੱਤਾ, 12 ਦਿਨ ਦਾ ਬਾਈ। 10-12 ਨਹੀਂ, ਕੁੱਤੇ ਦੇ ਮਾਲਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਛਡਾਉਣ ਦੀ, ਫਿਰ ਉਹਨਾਂ ਨੇ ਛਡਾਇਆ। ਡਾਕਟਰ ਤਾਂ ਕਹਿ ਰਹੇ ਠੀਕ ਹੋ ਜੂਗਾ, ਕੋਈ ਗੱਲ ਨੀ, ਤੁਸੀਂ ਦਵਾਈ ਇੰਜੈਕਸ਼ਨ ਵਗੈਰਾ। ਮੈਂ ਹਾਊਸ ਵਾਈਫ।